ਹੈਲੋ ਵੈਲਕਮ ਟੂ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਕਨਸੈਪਟ ਗੁਰੂ ਏਕੇ ਚੈਨਲ ਵਿੱਚ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਇਹ ਵੀਡੀਓ ਪਲੱਸ 2 ਪੋਲਿਟিক্যাল ਸਾਇੰਸ ਦੇ ਟੌਪਿਕ ਉਧਾਰਵਾਦ ਦੇ 1 1 ਤੇ 2 2 ਅੰਕ ਦੇ ਪ੍ਰਸ਼ਨ ਉਤਰਾਂ ਨਾਲ ਸੰਬੰਧਿਤ ਹੈ ਵਿਦਿਆਰਥੀਓ ਸੋ ਉਧਾਰਵਾਦ ਦੇ ਚੈਪਟਰ ਦੇ ਪ੍ਰਸ਼ਨ ਉਤਰ ਤੁਹਾਡੇ ਸਾਹਮਣੇ ਮੈਂ ਲੈ ਕੇ ਹਾਜ਼ਰ ਹਾਂ ਇਹ ਪ੍ਰਸ਼ਨ ਉਤਰ ਪੜਨ ਨਾਲ ਤੁਸੀਂ ਹਰ ਤਰ੍ਹਾਂ ਦੇ ਟੈਸਟ ਨੂੰ ਕੁਆਲੀਫਾਈ ਕਰ ਪਾਓਗੇ ਉੱਤਰ ਦੇ ਪਾਓਗੇ ਸਾਰੇ ਮਹੱਤਵਪੂਰਨ ਟੌਪਿਕਸ ਜਿਹੜੇ ਇਸ ਉਧਾਰਵਾਦ ਦੇ ਵਿੱਚ ਸੀਗੇ ਉਹਨੂੰ ਟੱਚ ਕੀਤਾ ਗਿਆ ਵਾ ਕੋਈ ਪ੍ਰਸ਼ਨ ਜਿਹੜਾ ਉਹ ਨਹੀਂ ਰਹੇਗਾ ਜਿਹੜਾ ਤੁਹਾਨੂੰ ਨਹੀਂ ਆਏਗਾ ਸੋ ਇਹਨੂੰ ਧਿਆਨ ਨਾਲ ਪੜੋ ਸੋ ਪਹਿਲਾ ਪ੍ਰਸ਼ਨ ਹੈ ਇੱਕ ਇੱਕ ਨੰਬਰ ਦੇ ਪ੍ਰਸ਼ਨ 10 ਪ੍ਰਸ਼ਨ ਨੇ ਪਹਿਲਾ ਪ੍ਰਸ਼ਨ ਹੈ ਲਿਬਰਲਿਸ ਕਿਸ ਭਾਸ਼ਾ ਦਾ ਸ਼ਬਦ ਹੈ ਉੱਤਰ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਦੂਜਾ ਪ੍ਰਸ਼ਨ ਹੈ ਪਰੰਪਰਾਵਾਦੀ ਉਧਾਰਵਾਦ ਦੇ ਮੁੱਖ ਸਮਰਥਕ ਕੌਣ ਹਨ ਸੋ ਤਿੰਨ ਵਿਦਵਾਨਾਂ ਦੇ ਨਾਮ ਨੇ ਹਾਬਸ ਲੋਕ ਤੇ ਰੂਸੋ ਇਹ ਪਰੰਪਰਾਵਾਦੀ ਉਧਾਰਵਾਦ ਦੇ ਮੁੱਖ ਸਮਰਥਕ ਵਿਦਵਾਨ ਨੇ ਸੋਇਣਾ ਇਹ ਪ੍ਰਸ਼ਨ 2 ਨੇ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਯਾਦ ਰੱਖਿਓ ਤੀਜਾ ਪ੍ਰਸ਼ਨ ਹੈ ਪਰੰਪਰਾਵਾਦੀ ਉਧਾਰਵਾਦੀ ਖੁੱਲੇ ਮੁਕਾਬਲੇ ਲੈਜਸਫੇਅਰ ਦੇ ਹੱਕ ਵਿੱਚ ਸਨ ਇਹ ਬਿਲਕੁਲ ਸਹੀ ਸਟੇਟਮੈਂਟ ਹੈ ਵੀ ਲੈਜਸਫੇਅਰ ਚਾਹੁੰਦੇ ਸੀ ਪਰੰਪਰਾਵਾਦੀ ਖੁੱਲਾ ਮੁਕਾਬਲਾ ਹੋਏ ਹਰ ਇੱਕ ਨੂੰ ਸੁਤੰਤਰ ਵਪਾਰ ਦਾ ਮੌਕਾ ਮਿਲੇ ਚੌਥਾ ਪ੍ਰਸ਼ਨ ਹੈ ਉਧਾਰਵਾਦੀ ਰਾਜ ਨੂੰ ਬਣਾਉਟੀ ਸੰਸਥਾ ਮੰਨਦੇ ਸਨ ਬਿਲਕੁਲ ਠੀਕ ਹੈ ਪਰੰਪਰਵਾਦੀ ਉਧਾਰਵਾਦੀ ਖਾਸ ਤੌਰ ਤੇ ਕਹਿੰਦੇ ਹੀ ਰਾਜ ਇੱਕ ਬਣਾਉਟੀ ਸੰਸਥਾ ਹੈ ਤੇ ਸੋਸ਼ਲ ਕੰਟਰੈਕਟ ਸਮਾਜਿਕ ਸਮਝੌਤੇ ਨਾਲ ਰਾਜ ਹੋਂਦ ਵਿੱਚ ਆਇਆ ਅਗਲਾ ਪ੍ਰਸ਼ਨ ਪ੍ਰਸ਼ਨ ਨੰਬਰ 5 ਹੈਗਾ ਉਹ ਕਹਿੰਦੇ ਪਰੰਪਰਾਵਾਦੀ ਉਧਾਰਵਾਦ ਅਨੁਸਾਰ ਰਾਜ ਇੱਕ ਜ਼ਰੂਰੀ ਬੁਰਾਈ ਹੈ ਇਟ ਇਜ਼ ਅ ਨੈਸੈਸਰੀ ਈਵਲ ਹੈਗਾ ਇੱਕ ਬੁਰਾਈ ਹੈ ਪਰ ਜ਼ਰੂਰੀ ਹੈ ਇਹਦੇ ਬਿਨਾਂ ਗੁਜ਼ਾਰਾ ਨਹੀਂ 6ਵਾਂ ਪ੍ਰਸ਼ਨ ਆਧੁਨਿਕ ਉਧਾਰਵਾਦੀ ਰਾਜ ਨੂੰ ਕੀ ਮੰਨਦੇ ਹਨ ਆਧੁਨਿਕ ਉਧਾਰਵਾਦੀ ਜene ਨੇ ਰਾਜ ਨੂੰ ਮੰਨਦੇ ਹਨ ਇੱਕ ਕਲਿਆਣਕਾਰੀ ਸੰਸਥਾ ਪੁਰਾਣੇ ਮੰਨਦੇ ਸੀ ਜ਼ਰੂਰੀ ਬੁਰਾਈ ਤੇ ਆਧੁਨਿਕ ਮੰਨਦੇ ਨੇ ਇੱਕ ਕਲਿਆਣਕਾਰੀ ਸੰਸਥਾ ਜਨਤਾ ਦਾ ਭਲਾ ਕਰਨਾ ਹੀ ਰਾਜ ਦਾ ਕੰਮ ਹੈ ਨੈਕਸਟ ਕੁਐਸਚਨ ਨੰਬਰ 7 ਹੈਗਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਧਾਰਵਾਦ ਦਾ ਸਤੰਤਰਤਾ ਨਾਲ ਸਿੱਧਾ ਸਬੰਧ ਹੈ ਇਹ ਲਾਸ ਕੀ ਦੀ ਡੈਫੀਨੇਸ਼ਨ ਹੈ ਬਹੁਤ ਇੰਪੋਰਟੈਂਟ ਹੈ ਨੈਕਸਟ ਹੈਗਾ 18ਵਾਂ ਪ੍ਰਸ਼ਨ ਵੱਧ ਤੋਂ ਵੱਧ ਲੋਕਾਂ ਦੀ ਵੱਧ ਤੋਂ ਵੱਧ ਖੁਸ਼ੀ ਮੈਕਸਿਮਮ ਹੈਪੀਨੈਸ ਆਫ ਦਾ ਮੈਕਸਿਮਮ ਨੰਬਰ ਇਸ ਜਰਮਮ ਜਰਮੀ ਬੈਂਥਮ ਦੀ ਕੋਟੇਸ਼ਨ ਹੈ ਉਹ ਉਪਯੋਗਤਾਵਾਦੀ ਸੀ ਤੇ ਉਧਾਰਵਾਦ ਨਾਲ ਉਹਦਾ ਸਿੱਧਾ ਸਬੰਧ ਸੀਗਾ ਸੋ ਉਹ ਕਹਿੰਦੇ ਜਦੋਂ ਉਹ ਕੰਮ ਕਰਨਾ ਜਿਹਦੇ ਨਾਲ ਜਿਆਦਾ ਲੋਕਾਂ ਦਾ ਨੂੰ ਖੁਸ਼ੀ ਮਿਲੇ ਨਵਾਂ ਪ੍ਰਸ਼ਨ ਹੈ ਪੁਸਤਕ ਸ਼ਾਸਨ ਉਤੇ ਦੋ ਨਿਬੰਧ ਦਾ ਲੇਖਕ ਕੌਣ ਹੈ ਇਹਦਾ ਲੇਖਕ ਜੌਹਨ ਲੋਕ ਹੈ ਸ਼ਾਸਨ ਉਤੇ ਦੋ ਨਿਬੰਧ ਨੂੰ ਅੰਗਰੇਜ਼ੀ 'ਚ ਟੂ ਟਰੀਟੀਜ਼ ਔਨ ਗਵਰਨਮੈਂਟ ਕਿਹਾ ਜਾਂਦਾ ਹੈ ਅਗਲੀ ਪੁਸਤਕ ਹੈ ਕਾਨੂੰਨ ਦੀ ਆਤਮਾ ਦਾ ਸਪਿਰਿਟ ਆਫ ਲਾਜ਼ ਉਧਾਰਵਾਦੀਆਂ ਦੀ ਇਹ ਦੋ ਪ੍ਰਸਿੱਧ ਪੁਸਤਕਾਂ ਨੇ ਸੋ ਸਪਿਰਿਟ ਆਫ ਲਾਜ਼ ਜਿਹੜੀ ਬੁੱਕ ਹੈ ਇਹਦਾ ਲੇਖਕ ਮੋਂਟੈਸਕਿਊ ਹੈ ਮੋਂਟੈਸਕਿਊ ਆ ਰਾਈਟਰ ਹੈਗਾ ਸਪਿਰਿਟ ਆਫ ਲਾਜ਼ ਦਾ ਨੈਕਸਟ ਕੁਐਸਚਨ 2 2 ਨੰਬਰ ਤੇ ਕੁਐਸਚਨ ਨੇ ਇਹ ਵੀ ਬੱਚਿਓ ਤੁਸੀਂ ਜ਼ਰੂਰ ਪੜ੍ਹ ਲੈਣੇ ਨੇ ਉਧਾਰਵਾਦ ਦਾ ਸੰਬੰਧ ਸ਼ਬਦੀ ਅਰਥ ਲਿਖੋ ਉਦਾਰਵਾਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਿਬਰਲਿਜ਼ਮ ਤੋਂ ਲਿਆ ਗਿਆ ਜੋ ਲਤੀਨੀ ਭਾਸ਼ਾ ਦੇ ਸ਼ਬਦ ਲਿਬਰਲਿਸ ਤੋਂ ਨਿਕਲਿਆ ਲਤੀਨੀ ਭਾਸ਼ਾ ਦੇ ਸ਼ਬਦ ਲਿਬਰਲਿਸ ਤੋਂ ਨਿਕਲਿਆ ਤੇ ਜਿਹਦਾ ਅਰਥ ਹੈ ਸੁਤੰਤਰ ਵਿਅਕਤੀ ਲਿਬਰਲਿਜ਼ਮ ਨਿਕਲਿਆ ਤੇ ਅਰਥ ਇਹਦਾ ਹੈ ਸੁਤੰਤਰ ਵਿਅਕਤੀ ਲਤੀਨੀ ਭਾਸ਼ਾ ਦਾ ਸ਼ਬਦ ਦੂਜਾ ਪ੍ਰਸ਼ਨ 2 2 ਨੰਬਰ ਵਾਲਿਆਂ ਚ ਉਦਾਰਵਾਦ ਦੀ ਇੱਕ ਪਰਿਭਾਸ਼ਾ ਲਿਖੋ ਕੋਈ ਨਾ ਕੋਈ ਡੈਫੀਨੇਸ਼ਨ ਤੁਹਾਨੂੰ ਜਰੂਰ ਹੋਣੀ ਚਾਹੀਦੀ ਹੈ ਇੱਕ ਜਾਂ ਦੋ ਡੈਫੀਨੇਸ਼ਨ ਲੈਸ ਕੀ ਆਪਾਂ ਪੜ੍ਹ ਲਈ ਹੈ ਇਹ ਪ੍ਰਸਿੱਧ ਵਿਦਵਾਨ ਸਰਟੋਰੀ ਦੀ ਡੈਫੀਨੇਸ਼ਨ ਹੈ ਉਹ ਕਹਿੰਦਾ ਹੈ ਸਧਾਰਨ ਰੂਪ ਵਿੱਚ ਉਦਾਰਵਾਦ ਵਿਅਕਤੀਗਤ ਸੁਤੰਤਰਤਾ ਨਿਆਂਇਕ ਸੁਰੱਖਿਆ ਅਤੇ ਸੰਵਿਧਾਨਕ ਰਾਜ ਦੇ ਸਿਧਾਂਤ ਸੰਵਿਧਾਨਕ ਰਾਜ ਦਾ ਸਿਧਾਂਤ ਤੇ ਵਿਵਹਾਰ ਹੈ ਸੰਵਿਧਾਨਕ ਰਾਜ ਦਾ ਸਿਧਾਂਤ ਤੇ ਵਿਵਹਾਰ ਹੈ ਇਹ ਕਿਹਾ ਹੈ ਸਰਟੋਰੀ ਨੇ ਤੀਜਾ ਪ੍ਰਸ਼ਨ ਪਰੰਪਰਾਵਾਦੀ ਉਧਾਰਵਾਦ ਦੇ ਦੋ ਸਿਧਾਂਤ ਲਿਖੋ ਪ੍ਰਮੁੱਖ ਸਿਧਾਂਤ ਜਿਹੜੇ ਨੇ ਦੋ ਇਹੀ ਨੇ ਪਹਿਲਾ ਖੁੱਲਾ ਮੁਕਾਬਲਾ ਤੇ ਸੁਤੰਤਰ ਵਪਾਰ ਦਾ ਸਮਰਥਨ ਤੇ ਦੂਜਾ ਸਿਧਾਂਤ ਹੈਗਾ ਕੁਦਰਤੀ ਅਧਿਕਾਰਾਂ ਦਾ ਸਮਰਥਨ ਜਿਵੇਂ ਕਿ ਅਸੀਂ 1 ਨੰਬਰ ਤੇ ਪ੍ਰਸ਼ਨ ਪੜ ਚੁੱਕੇ ਆ ਇਹ ਕੁਦਰਤੀ ਅਧਿਕਾਰ ਜਿਹੜੇ ਨੇ ਜੀਵਨ ਦਾ ਸੰਪਤੀ ਦਾ ਦਾ ਅਧਿਕਾਰ ਜਿਹੜੇ ਇਹਨਾਂ ਅਧਿਕਾਰਾਂ ਨੂੰ ਕੁਦਰਤੀ ਅਧਿਕਾਰ ਮੰਨਦੇ ਸੀਗੇ ਸੋ ਨੈਕਸਟ ਕੁਐਸਚਨ ਨੰਬਰ 4 ਹੈ ਆਧੁਨਿਕ ਉਧਾਰਵਾਦ ਦੇ ਸਮਰਥਕ ਵਿਦਵਾਨਾਂ ਦੇ ਨਾਮ ਲਿਖੋ ਕਿਹੜੇ ਵਿਦਵਾਨ ਨੇ ਜਿਹੜੇ ਆਧੁਨਿਕ ਉਧਾਰਵਾਦ ਦੇ ਸਮਰਥਕ ਨੇ ਉਹ ਮੈਕਾਇਵਰ ਹੈ ਵਿਦਵਾਨ ਹੈ ਜੀਡੀਐਚ ਕੋਲ ਹੈਗਾ ਲਾਸਕੀ ਹੈ ਬਾਰਕਰ ਹੈ ਬਹੁਤ-ਬਹੁਤ ਵਿਦਵਾਨ ਨੇ ਬਹੁਤ-ਬਹੁਤ ਕਿਤਾਬਾਂ ਇਹਨਾਂ ਨੇ ਪੋਲਿਟਿਕਲ ਸਾਇੰਸ ਤੇ ਲਿਖੀਆਂ ਨੇ ਮੈਕਾਇਵਰ ਨੇ ਵੀ ਦਾ ਵਾਟਰਨ ਸਟੇਟ ਲਿਖੀ ਹੈ ਲਾਸਕੀ ਨੇ ਦਾ ਗ੍ਰਾਮਰ ਆਫ ਪੋਲਿਟਿਕਸ ਲਿਖੀ ਹੈ ਜੀਡੀਐਚ ਕੋਲ ਤੇ ਬਾਰਕਰ ਨੇ ਵੀ ਕਈ ਕਿਤਾਬਾਂ ਲਿਖੀਆਂ ਨੇ ਸੋ ਨੈਕਸਟ ਕੁਐਸਚਨ ਨੰਬਰ 5 ਹੈਗਾ ਅਧੁਨਿਕ ਉਧਾਰਵਾਦ ਦੇ ਦੋ ਸਿਧਾਂਤ ਲਿਖੋ ਪਹਿਲਾ ਸਿਧਾਂਤ ਹੈ ਰਾਜ ਇੱਕ ਕਲਿਆਣਕਾਰੀ ਸੰਸਥਾ ਹੈ ਤੇ ਸੁਤੰਤਰ ਮੁਕਾਬਲੇ ਦਾ ਵਿਰੋਧ ਜਿਹੜਾ ਅਧੁਨਿਕ ਉਧਾਰਵਾਦੀ ਹੀ ਉਹ ਰਾਜ ਨੂੰ ਇੱਕ ਕਲਿਆਣਕਾਰੀ ਸੰਸਥਾ ਮੰਨਦੇ ਨੇ ਤੇ ਸੁਤੰਤਰ ਮੁਕਾਬਲੇ ਦੇ ਵਿਰੋਧੀ ਨੇ ਕਹਿੰਦੇ ਵੀ ਨਹੀਂ ਅਸੀਂ ਇਸ ਸੁਤੰਤਰ ਮੁਕਾਬਲੇ ਦੇ ਹੱਕ 'ਚ ਨਹੀਂ ਇਹਦੇ ਨਾਲ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਜਾਂਦਾ ਇਸ ਕਰਕੇ ਸੁਤੰਤਰ ਮੁਕਾਬਲੇ ਦੇ ਵਿਰੋਧ 'ਚ ਨੇ ਨੈਕਸਟ ਹੈਗਾ ਪ੍ਰਸ਼ਨ ਨੰਬਰ 6 ਜੌਨ ਲੋਕ ਅਨੁਸਾਰ ਕਿਹੜੇ ਅਧਿਕਾਰ ਕੁਦਰਤੀ ਅਧਿਕਾਰ ਹਨ ਜੌਨ ਲੋਕ ਪਰੰਪਰਾਵਾਦੀ ਉਦਾਰਵਾਦੀ ਸੀ ਤੇ ਉਹ ਸੁਤੰਤਰਤਾ ਸਮਾਨਤਾ ਤੇ ਸੰਪਤੀ ਦੇ ਅਧਿਕਾਰ ਨੂੰ ਕੁਦਰਤੀ ਅਧਿਕਾਰ ਮੰਨਦਾ ਸੀ ਸੁਤੰਤਰਤਾ ਸਮਾਨਤਾ ਤੇ ਸੰਪਤੀ ਅਧਿਕਾਰ ਨੂੰ ਕੁਦਰਤੀ ਅਧਿਕਾਰ ਮੰਨਦਾ ਸੀ ਸੋ ਇਹ ਵੀ ਗੱਲ ਯਾਦ ਰੱਖਣੀ ਹੈ ਵੀ ਇਹ ਪਰੰਪਰਾਵਾਦੀ ਉਦਾਰਵਾਦੀ ਸੀ ਇਹ ਪਰੰਪਰਾਵਾਦੀਆਂ ਦਾ ਵਿਚਾਰ ਹੈ ਨੈਕਸਟ ਹੈਗਾ ਕੁਐਸਚਨ ਨੰਬਰ 7 ਸੁਤੰਤਰ ਰਹਿਣ ਦਿਓ ਲੈਜ਼ਸ ਫੇਅਰ ਦੀ ਨੀਤੀ ਕੀ ਹੈ ਇਹਦਾ ਉੱਤਰ ਇਹ ਹੈਗਾ ਵੀ ਇਸ ਇਸ ਤੋਂ ਭਾਵ ਹੈ ਕਿ ਮਨੁੱਖ ਨੂੰ ਸੁਤੰਤਰ ਰਹਿ ਕੇ ਵਪਾਰ ਕਰਨ ਦੀ ਖੋਲ੍ਹਣੇ ਚਾਹੀਦੀ ਹੈ ਤੇ ਰਾਜ ਦੀ ਦਖਲਅੰਦਾਜ਼ੀ ਘੱਟ ਹੋਣੀ ਚਾਹੀਦੀ ਹੈ ਠੀਕ ਹੈ ਰਾਜ ਉਹੀ ਕੰਮ ਕਰੇ ਜਿਹੜੇ ਬਹੁਤ ਬਹੁਤ ਜ਼ਰੂਰੀ ਨੇ ਬਾਕੀ ਮਨੁੱਖ ਨੂੰ ਛੱਡ ਦੇਣਾ ਚਾਹੀਦਾ ਸੁਤੰਤਰ ਤੇ ਉਹ ਆਪਣੇ ਆਪ ਕੰਮ ਕਰੇ ਇਹਨੂੰ ਸੁਤੰਤਰ ਰਹਿਣ ਦਿਓ ਜਾਂ ਲੈਜ਼ਸ ਫੇਅਰ ਦੀ ਨੀਤੀ ਵੀ ਕਿਹਾ ਜਾਂਦਾ ਹੈ ਨੈਕਸਟ ਹੈਗਾ ਉਧਾਰਵਾਦ ਦੇ ਦੋ ਰੂਪ ਕਿਹੜੇ ਨੇ ਕਿਹੜੇ ਕਿਹੜੇ ਦੋ ਰੂਪ ਨੇ ਉਧਾਰਵਾਦ ਦੇ ਸੋ ਪਹਿਲਾ ਰੂਪ ਹੈ ਪਰੰਪਰਾਵਾਦੀ ਉਧਾਰਵਾਦ ਤੁਹਾਨੂੰ ਉਹਨਾਂ ਦੇ ਵਿਦਵਾਨਾਂ ਬਾਰੇ ਪਤਾ ਲੱਗ ਚੁੱਕਾ ਹੈ ਤੇ ਦੂਜਾ ਆਧੁਨਿਕ ਉਧਾਰਵਾਦ ਆਧੁਨਿਕ ਉਧਾਰਵਾਦ ਜਾਂ ਸਮਕਾਲੀ ਉਧਾਰਵਾਦ ਇਹ ਦੋ ਰੂਪ ਨੇ ਜਿਹੜੇ ਉਧਾਰਵਾਦ ਦੇ ਬੜੇ ਪ੍ਰਮੁੱਖ ਰੂਪ ਨੇ ਪ੍ਰਸ਼ਨ ਨੰਬਰ 9 ਦੇ ਵਿੱਚ ਆਪਾਂ ਨਵੇਂ ਰੂਪ ਦੀ ਗੱਲ ਕਰਾਂਗੇ ਉਧਾਰਵਾਦ ਦਾ ਇੱਕ ਨਵਾਂ ਲੈਟੈਸਟ ਰੂਪ ਵੀ ਆ ਚੁੱਕਾ ਸੋ ਕਟੋਕਟ ਵਿਦਵਾਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੇ ਵਿਦਵਾਨ ਗੱਲ ਕਰਦੇ ਨੇ ਸੋ ਉਧਾਰਵਾਦ ਦੇ ਨਵੇਂ ਰੂਪ ਉੱਤਰ ਸਮਕਾਲੀ ਉਧਾਰਵਾਦ ਉੱਤਰ ਸਮਕਾਲੀ ਉਧਾਰਵਾਦ ਦੇ ਸਮਰਥਕ ਕੌਣ ਹਨ ਉੱਤਰ ਸਮਕਾਲੀ ਉਧਾਰਵਾਦ ਦੇ ਜਿਹੜੇ ਸਮਰਥਕ ਵਿਦਵਾਨ ਨੇ ਉਹ ਹੈਗੇ ਨੇ ਬੇਲਾਬਾਲਸਾ ਹਿਕ ਤੇ ਸੈਮੁਲਸਨ ਬੇਲਾਬਾਲਸਾ ਹਿਕ ਤੇ ਸੈਮੁਲਸਨ ਇਹ ਤਿੰਨ ਵਿਦਵਾਨ ਨੇ ਜਿਹੜੇ ਉੱਤਰ ਸਮਕਾਲੀ ਉਧਾਰਵਾਦ ਦੇ समर्थक ਨੇ ਨੈਕਸਟ ਆਏਗਾ ਪ੍ਰਸ਼ਨ ਨੰਬਰ 10 ਲਾਸਟ ਕੁਐਸਚਨ ਹੈ ਦੋ ਦੋ ਨੰਬਰਾਂ ਵਾਲਿਆਂ ਚ 25 30 ਸ਼ਬਦਾਂ ਚ ਤੁਹਾਨੂੰ ਪਤਾ ਉੱਤਰ ਦੇਣਾ ਹੁੰਦਾ ਹੈ ਉਧਾਰਵਾਦ ਦੀ ਦੀਆਂ ਆਲੋਚਨਾਵਾਂ ਲਿਖੋ ਸੋ ਪਹਿਲੀ ਆਲੋਚਨਾ ਰਾਜ ਇੱਕ ਜ਼ਰੂਰੀ ਬੁਰਾਈ ਨਹੀਂ ਹੈ ਕਹਿੰਦੇ ਰਾਜ ਦੀ ਚੰਗੀ ਚੀਜ਼ ਹੈ ਬੁਰਾਈ ਨਹੀਂ ਹੈ ਦੂਜਾ ਕਹਿੰਦੇ ਨੇ ਅਧਿਕਾਰ ਰਾਜ ਦੀ ਦੇਣ ਹਨ ਨਾ ਕਿ ਕੁਦਰਤੀ ਕਿਉਂਕਿ ਪਰੰਪਰਾਵਾਦੀ ਕੁਦਰਤੀ ਕਹਿੰਦੇ ਸੀ ਸੋ ਤੀਜੀ ਗੱਲ ਪੂੰਜੀਵਾਦ ਦੇ ਸਮਰਥਕ ਨੇ ਉਧਾਰਵਾਦੀ ਇਸ ਕਰਕੇ ਇਹਨਾਂ ਦੀ ਆਲੋਚਨਾ ਕੀਤੀ ਜਾਂਦੀ ਹੈ ਸੋ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਪ੍ਰਸ਼ਨਾਂ ਨੂੰ ਤੁਸੀਂ ਪਿਆਰੇ ਵਿਦਿਆਰਥੀਓ ਚੰਗੀ ਤਰ੍ਹਾਂ ਪੜ੍ਹ ਲੈਣਾ ਤੇ ਯਾਦ ਕਰ ਲੈਣਾ ਤੇ 4 ਨੰਬਰ ਦੇ ਕੁਐਸਚਨ ਤੁਸੀਂ ਆਪਣੀਆਂ ਪੁਸਤਕਾਂ ਤੋਂ ਕਰ ਸਕਦੇ ਹੋ ਲਗਭਗ ਸਾਰੇ ਪ੍ਰਸ਼ਨ ਜਿਹੜੇ ਕਵਰ ਕੀਤੇ ਗਏ ਨੇ ਤੁਹਾਨੂੰ ਹਰੇਕ ਐਗਜ਼ਾਮ ਵਿੱਚ ਇਹ ਹੈਲਪ ਕਰਨਗੇ ਸੋ ਥੈਂਕ ਯੂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਾਓ ਸੋ ਬਹੁਤ ਬਹੁਤ ਧੰਨਵਾਦ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਹੈ ਕਨਸੈਪਟ ਗੁਰੂ ਏਕੇ ਸੋ ਚੈਨਲ ਨੂੰ ਸਬਸਕ੍ਰਾਈਬ ਕਰਾਓ ਬੈਲ ਦਾ ਬਟਨ ਦਬਾਓ ਤਾਂ ਕਿ ਹਰੇਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਆਰਾਮ ਨਾਲ ਪਹੁੰਚ ਸਕੇ ਸੋ ਥੈਂਕ ਯੂ ਵੈਰੀ ਮਚ ਥੈਂਕ ਯੂ